ਹੰਸਰਾਜ ਹੰਸ ਨੇ ਛੱਡਿਆ ਕਾਂਗਰਸ ਦਾ ਹੱਥ, ਬੀਜੇਪੀ ਵਿੱਚ ਹੋਏ ਸ਼ਾਮਲ। ਹੰਸਰਾਜ ਹੰਸ ਦਾ ਕਾਂਗਰਸ ਤੇ ਇਲਜ਼ਾਮ, ਕਿਹਾ ਵਾਅਦਾ ਕਰਕੇ ਰਾਜ ਸਭਾ ਦੀ ਸੀਟ ਨਹੀਂ ਦਿੱਤੀ। ਅਕਾਲੀ ਦਲ ਬੀਜੇਪੀ ਨੇ ਕਿਹਾ ਘਰ ਹੀ ਵਾਪਸ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ। ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਤੇ ਰੱਖੇ ਨੀਂਹ ਪੱਥਰ। ਕਾਂਗਰਸ ਅਤੇ ਆਪ ਤੇ ਲਾਇਆ ਨਿਸ਼ਾਨਾ, ਕਿਹਾ ਵਿਕਾਸ ਦੇ ਕੰਮਾਂ ਤੇ ਮੋਹਰ ਲਾਵੇਗੀ ਸੂਬੇ ਦੀ ਜਨਤਾ। ਪੰਜਾਬ ਸਰਕਾਰ ਦੀ ਬੈਠਕ ਖਤਮ, ਕਈ ਮੁੱਦਿਆਂ ਤੇ ਹੋਈ ਚਰਚਾ, ਕਈ ਮਹਿਕਮਿਆਂ ਦੀ ਨੌਕਰੀ ਦੀ ਚਰਚਾ ਦੀ ਉਮੀਦ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰੋਜੈਕਟ ਤਿਆਰ, ਕੱਲ੍ਹ ਤਰਨ ਤਾਰਨ 'ਚ ਹਰੀਕੇ ਪੱਤਣ 'ਤੇ ਪਾਣੀ ਵਾਲੀ ਬੱਸ ਦਾ ਹੋਵੇਗਾ ਟਰਾਇਲ। 12 ਦਸੰਬਰ ਨੂੰ ਉਪ ਮੁੱਖ ਮੰਤਰੀ ਕਰਨਗੇ ਆਪਣੇ ਡਰੀਮ ਪ੍ਰੋਜੈਕਟ ਦਾ ਉਦਘਾਟਨ। ਕੱਲ੍ਹ ਹੋਏਗਾ ਬਠਿੰਡਾ ਏਅਰਪੋਰਟ, ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਕਰਨਗੇ ਉਦਘਾਟਨ। ਦਿੱਲੀ ਤੋਂ ਆਉਣ ਵਾਲੀ ਪਹਿਲੀ ਫਲਾਈਟ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਜੈਂਤ ਸਿਨਹਾ ਆਉਣਗੇ। ਹਫ਼ਤੇ ਵਿੱਚ 3 ਦਿਨ ਚੱਲੇਗੀ ਫਲਾਈਟ। ਨਾਭਾ ਜੇਲ੍ਹ ਬ੍ਰੇਕ ਮਾਮਲੇ, 14 ਦਿਨ ਬਾਅਦ ਵੀ ਜੇਲ੍ਹ ਤੋਂ ਫਰਾਰ 5 ਮੁਲਜ਼ਮਾਂ ਦਾ ਹੁਣ ਤੱਕ ਨਹੀਂ ਅਤਾ ਪਤਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਪੁਲਿਸ ਕਰ ਰਹੀ ਹੈ ਭਾਲ। ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਅਪੀਲ, ਜੇ ਤੁਹਾਡੇ ਕੋਈ ਸੂਚਨਾ ਜਾਂ ਸੁਰਾਗ ਹੈ ਤਾਂ ਪੁਲਿਸ ਜਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੂੰ ਕਰੋ ਸੂਚਿਤ। ਸੰਗਰੂਰ ਵਿੱਚ 4.25 ਲੱਖ ਦੇ 2000 ਅਤੇ 100 ਰੁਪਏ ਦੇ ਨਕਲੀ ਨੋਟ ਬਰਾਮਦ, 4 ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ। ਨੋਟਬੈਂਦ ਤੇ ਪ੍ਰਧਾਨ ਮੰਤਰੀ ਨੇ ਦੁਹਰਾਇਆ 50 ਦਿਨ ਦਾ ਭਰੋਸਾ। ਗੁਜਰਾਤ ਦੀ ਰੈਲੀ ਵਿੱਚ ਵਿਰੋਧੀਆਂ ਤੇ ਵਾਰ, ਕਿਹਾ ਪਾਰਲੀਮੈਂਟ ਵਿੱਚ ਬੋਲਣ ਨਹੀਂ ਦਿਓਗੇ ਤਾਂ ਹੁਣ ਜਨ ਸਭਾਵਾਂ ਦੇ ਵਿੱਚ ਬੋਲਾਂਗੇ। ਕੁਰੂਕਸ਼ੇਤਰ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਦਾ ਹੋਇਆ ਸਮਾਪਨ। ਪ੍ਰੋਗਰਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਰਾਜ ਸਭਾ ਸਾਂਸਦ ਡਾਕਟਰ ਸੁਭਾਸ਼ ਚੰਦਰਾ ਵੀ ਪਹੁੰਚੇ। ਡਾਕਟਰ ਸੁਭਾਸ਼ ਚੰਦਰਾ ਨੇ ਗੀਤਾ ਜਯੰਤੀ ਪ੍ਰਦਰਸ਼ਨੀ 'ਚ ਲਿਆ ਹਿੱਸਾ।